ਤੇਰੇ ਨੂੰ ਪਰੇ ਕਰਦਾ ਸਿੱਧਾ ਉਹਦੀ ਸ਼ਕਲ ਵਿਖਾ ਪਹਿਲਾਂ ਕਿਤਰਾ ਬੈਠਾ ਡਾਇਨਾਸੌਰ ਹਮਲਾ ਕਰਨ ਵਾਸਤੇ ਆ ਨਵਾਂ ਹੀ ਜਾਨਵਰ ਆਇਆ ਕੋਈ ਤਰਾ ਹੋਣਾ ਮੈਂ ਲੈ ਜਿਪ ਲੱਗੀ ਆ ਹੈਲੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਠੀਕ ਠਾਕ ਸਾਰੇ ਰਾਈਟ ਨਾਓ ਜੀ ਦੁਪਹਿਰ ਦਾ ਟਾਈਮ ਆ ਤੇ ਮੈਂ ਚੱਲਾਂ ਗੁਰਦੁਆਰੇ ਮੱਥਾ ਟੇਕਣ ਕਿਉਂਕਿ ਅੱਜ ਹੈਗੀ ਆ ਸੰਗਰਾਂਦ ਯਾਨੀ ਕਿ 2 ਜਨਵਰੀ ਅੱਜ 2022 ਸੋ ਮੈਂ ਮੱਥਾ ਟੇਕਣ ਚੱਲਾਂ ਤੇ ਗੁਰਦੁਆਰੇ ਬਲੋਕ ਦੀ ਸਟਾਰਟਿੰਗ ਜਿਹੜੀ ਗੁਰਦੁਆਰੇ ਤੋਂ ਹੋਊਗੀ ਸੋ ਚੱਲਦੇ ਹਾਂ ਗੁਰਦੁਆਰੇ ਸਿਰ ਤੇ ਰੁਮਾਲ ਬੰਨ ਲਈਏ ਤੁਹਾਨੂੰ ਗੁਰਦੁਆਰੇ ਦਰਸ਼ਨ ਕਰਾਉਂਦੇ ਹਾਂ ਬਾਕੀ ਯਾਰ ਜਿਹੜਾ ਵੀ ਬੰਦਾ ਸੱਚੇ ਦਿਲੋਂ ਬਾਬੇ ਨੂੰ ਮੰਨਦਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬਾਕੀ ਯਾਰ ਮੈਂ ਜਦੋਂ ਵੀ ਪਰੇਸ਼ਾਨ ਹੁੰਦਾ ਵਾਂ ਜਾਂ ਸਟ੍ਰੈਸ ਦੇ ਵਿੱਚ ਹੁੰਦਾ ਉਦੋਂ ਮੈਂ ਆਪਣੇ ਗੁਰਦੁਆਰੇ ਹੁੰਦਾ ਪਤਾ ਨਹੀਂ ਇੱਥੇ ਮੈਨੂੰ ਕਿਉਂ ਇੰਨੀ ਸ਼ਾਂਤੀ ਮਿਲਦੀ ਹੈ ਇੱਥੇ ਆਣ ਕੇ ਬਹਿਣਾ ਹੈ ਅੱਧਾ ਪੌਣਾ ਘੰਟਾ ਤਾਂ ਮਤਲਬ ਕਿ ਬਿਲਕੁਲ ਅੰਦਰੋਂ ਮਨ ਜਿਹੜਾ ਫਰੈਸ਼ ਹੋ ਜਾਂਦਾ ਵਾ ਵੇਖੋ ਗੁਰਦੁਆਰਾ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਤਾਂ ਹੁਣ ਮੈਂ ਜਾਣ ਡਿਆ ਘਰ ਨੂੰ ਬਾਕੀ ਅੱਗੇ ਜੋ ਵੀ ਰਹਿੰਦਾ ਤੁਸੀਂ ਵਲੋਗ ਦੇ ਟਾਈਟਲ ਦੇ ਥੰਬਨੇਲ ਤੋਂ ਵੇਖ ਹੀ ਲਿਆ ਹੋਣਾ ਵਾ ਸੋ ਘਰੇ ਚੱਲਦੇ ਹਾਂ ਬਸ ਇੰਜੋਏ ਕਰੋ ਵਲੋਗ ਨੂੰ ਅਤੇ ਕੰਟੀਨਿਊ ਰਿਹਾ ਕਰੋ ਯਾਰ ਵਲੋਗ ਦੇ ਐਂਡ ਤੱਕ ਜ਼ਰੂਰ ਵੇਖਿਆ ਕਰੋ ਪਲੀਜ਼ ਘਰੇ ਆਈ ਆ ਮਾਸੀ ਅਤੇ ਮਾਸੀ ਦੇ ਮੰਮੀ ਪਤਾ ਨਹੀਂ ਕੀ ਦੇ ਆ ਬਾਹਰ ਬਣਾਉਣ ਵੇਖੋ ਮਾਸੀ ਆ ਕੇ ਦੇ ਜੇ ਬਣਾਉਣ ਆਟਾ ਹੈ ਕੀ ਹੈ ਇਹਦੇ ਵਿੱਚ ਆ ਕੀ ਹੈ ਬਰਾਊਨ ਜਿਹਾ ਕਿਹੜਾ ਬਰਾਊਨ ਇਹ ਅਲਸੀ ਵਿੱਚ ਪੋਣੀ ਹੈ ਮੇਰੀ ਨਾ ਬਣਾ ਦਈਏ ਤੁਹਾਨੂੰ ਮੈਂ ਬਲਰ ਕਰ ਦੂੰਗਾ ਵਿੱਚ ਪੋਣੀ ਹੈ ਤੇ ਨਹੀਂ ਨਹੀਂ ਇਹ ਬਣ ਚੁੱਕੀ ਹੈ ਤਿਆਰ ਹੈ ਅੱਛਾ ਆ ਬਾਅਦ ਚ ਪੋਣਾ ਨਾ ਕੱਢੀ ਨਾ ਇਹਨੂੰ ਕੱਢ ਇਹ ਵੱਖਰਾ ਬਣਨਾ ਵਾ ਆ ਖੰਡ ਓਕੇ ਹੋ ਖੰਡ ਥੋੜੀ ਉਹ ਸਾ ਵੇਖ ਲਈਏ ਸਰਦੀਆਂ ਦਾ ਰਾਜਾ ਕਹਿੰਦੇ ਹਨਾ ਇਹਨੂੰ ਜਿਹੜਾ ਤੁਸੀਂ ਬਣਾਉਣ ਦੇ ਸਮਾਨ ਹੋਰ ਡੋਡੀਆਂ ਮੈਂ ਪੂਰਦਾ ਛੱਡ ਦੇਣਾ ਆ ਮੈਂ ਨਿੱਕੇ ਨਿੱਕੇ ਕਰਦੇ ਲੱਗਾ ਜੀ ਬਾਵਰਚੀ ਬਹਿ ਗਏ ਹੁਣ ਬਣਾਉਣ ਵਾਸਤੇ ਦੁਨੀਆ ਦਾ ਸਭ ਤੋਂ ਵੱਡਾ ਲੱਡੂ ਤੇ ਇੱਥੋਂ ਸੋਰੀ ਇੱਥੋਂ ਤੇ ਆ ਗਣਿਆ ਇੱਥੋਂ ਮਾਰਨੀ ਆ ਛਾਲ ਥੱਲੇ ਵਾਵਾ ਡੂੰਗਾ ਹੀ ਆ ਨਾ ਕਾ ਮਾਰਦੇ ਹੋ ਭਾਈ ਤੇ ਬੱਗ ਚਲ ਫਟਾ ਸੋਤੇ ਕਿ ਆਏਗਾ ਹਾਲੇ ਯਾਰ ਬੈਕ ਔਖਾ ਹੀ ਆ ਕੰਮ ਪਹਿਲਾਂ ਮੈਂ ਕੋਸ਼ਿਸ਼ ਕੀਤੀ ਬੜੀ ਯਾਰੀ ਪਰ ਡਰ ਜਿਹਾ ਲੱਗਦਾ ਸਿਰ ਨਾ ਵੱਜ ਸੈਕਿੰਡ ਟਾਈਮ ਸੋਰੀ ਫਸਟ ਟਾਈਮ ਕੈਮਰਾ ਨਹੀਂ ਚਲਾਇਆ ਫਸਟ ਟਾਈਮ ਉਹ ਉਹਦੀ ਸ਼ਕਲ ਵਿਖਾ ਪਹਿਲਾਂ ਕਿਤਰਾ ਬੈਠਾ ਡਾਇਨਾਸੌਰ ਨੂੰ ਹਮਲਾ ਕਰਨ ਵਾਸਤੇ ਚੱਲ ਆ ਜਾ ਸ਼ੇਰ ਨੂੰ ਵੀ ਨਾ ਲੈ ਕੇ ਸੁੱਟ ਇੱਕ ਵਾਰੀ ਬੈਕ ਇੱਕ ਵਾਰੀ ਫਰੰਟ ਠੀਕ ਹੈ ਖੜੇ ਹੋ ਕੇ ਨਹੀਂ ਮੈਂ ਮਾਰ ਸਕਦਾ ਕਿਉਂਕਿ ਪਿੱਛੇ ਆ ਪਿੱਛੇ ਰੱਖਣਾ ਪਿੱਛੇ ਆ ਵਣਾ ਸਾਰੇ ਜਾਣੇ ਮਾਰ ਜਾਣਾ ਮਾਰਾ ਮਾਰਾ ਲੋ ਭਾਈ ਭਾਈ ਸਾਹਿਬ ਮਾਰੋ ਆਈ ਭਾ ਗਿਆ ਤੇਰੀ ਸੋਣਾ ਨੇ ਉੱਤੇ ਨਹੀਂ ਆਉਂਦੇ ਆ ਉਹਦੇ ਵੀ ਡਾਇਨਾਸੌਰ ਆ ਗਏ ਹੁਣ ਜਾਣਾ ਪਰ ਵੇਖੀ ਮੈਂ ਬਹੁ ਫੋਨ ਨੀ ਕਿਤੇ ਵੀ ਜਾਂਦਾ ਵੇਖੀ ਹੁਣੇ ਫੋਨ ਉੜਦਾ ਜਾਣਾ ਫਿਰ ਹੁਣ ਪਰੇ ਕਰਦਾ ਸਿਧਾਈਆ
ਚੱਲ ਯਾਰ ਹੁਣ ਸਟੰਟ ਖਤਮ ਹੋ ਥੱਲੇ ਆ ਕੱਪੜੇ ਸਾਫ਼ ਕਰ ਲਈਏ ਜਦੋਂ ਇੱਕਦਮ ਥੱਲੇ ਡਿੱਗਦੇ ਆ ਨਾ ਉਦੋਂ ਜਦੋਂ ਥੱਲੇ ਡਿੱਗਦੇ ਉਦੋਂ ਇੱਕਦਮ ਮਤਲਬ ਛਾਤੀ 'ਤੇ ਭਾਰ ਪੈਂਦਾ ਅਤੇ ਦਿਲ ਜਿਹੜਾ ਬੜੀ ਜ਼ੋਰ ਦੀ ਵੱਜਦਾ ਹੈ ਜਿਸ ਤਰ੍ਹਾਂ ਹੈ ਤਾਂ ਉੱਤਰ ਚਲੋ ਸੋਫਟ ਸਰਫੇਸ ਆ ਆਉਂਦੇ ਪਿੱਛੋਂ ਜਦੋਂ ਲੱਕ ਵੱਜਦਾ ਅਤੇ ਅੱਗੋਂ ਐਂ ਧਮਕ ਪੈਂਦੀ ਟਰੈਕਟਰ ਨੂੰ ਵੀ ਯਾਰ ਠੰਡ ਲੱਗਦੀ ਹੈ ਇਸ ਕਰਕੇ ਉਹਦੇ ਤਰਪਾਲ ਦਿੱਤੀ ਟਰੈਕਟਰ 'ਤੇ ਠੰਡ ਨਾ ਲੱਗੇ ਮੁੰਡਾ ਬਾਹਰ ਹੀ ਆ ਵੇਖਦੇ ਆ ਭਲਾ ਨੂੰ ਪਤਾ ਲੱਗਦਾ ਕਿ ਨਹੀਂ ਮੈਂ ਟਰੈਕਟਰ ਵਿੱਚ ਵੜਿਆ ਵਾਂ ਵੇਖਦੇ ਆ ਬਬਲੇ ਬਬਲੇ ਲੱਭਲੇ ਬੜਾ ਅੱਜ ਤੂੰ ਬੂਟ ਪਾਏ ਮੈਂ ਨਹੀਂ ਪਾਏ ਬੂਟ ਬੜੇ ਵਧੀਆ ਮੇਰੇ ਯਾਰ ਸ਼ਾਮਾਂ ਹੋ ਗਈਆਂ ਨੇ ਤੇ ਸ਼ਾਮਾਂ ਦੀ ਡਿਊਟੀ ਹੈ ਮੇਰੀ ਦੁੱਧ ਲੈ ਕੇ ਆਉਣ ਦੀ ਆਹ ਨਵਾਂ ਹੀ ਜਾਨਵਰ ਆਇਆ ਕੋਈ ਪੈਰ ਵੀ ਨਹੀਂ ਹੈਗੇ ਪੈਰ ਵੀ ਨਹੀਂ ਹੈਗੇ ਹੈ ਕਿੱਡਾ ਕਿਆ ਮਹਾਂ ਮੈਂ ਗੋਡਿਆਂ ਤੱਕ ਹੁੰਦਾ ਹੋਣਾ ਤੁਰਦਾ ਵੀ ਉਹ ਕੋਡ ਹੀ ਬੜਾ ਵੱਡਾ ਇਹਦੇ ਤੇਰੇ ਵਰਗੇ ਦੋ ਆ ਜਾਣਗੇ ਕਿਹਦਾ ਚੋਰੀ ਕੀਤਾ ਜੀ ਤਾਈ ਮੇਰੇ ਦਾ ਮੁਖਤਾਰ ਸਿੰਘ ਤਾਰੀ ਉਹਨੇ ਕਿਹੜਾ ਗਲਤ ਬੋਲਿਆ ਆਹ ਦੰਦ ਵੇਖੋ ਨਾ ਇਹਦਾ ਵੀ ਸਾਈਡ ਵਾਲਾ ਆਹ ਵੇਖੋ ਆਹੋ ਇਹ ਵੀ ਬੀ ਵੱਧ ਡਿੱਗ ਗਿਆ ਇੱਕ ਸਾਈਡ ਤੇਰੇ ਚਲੋ ਅੱਜ ਹਮ ਬੂਤੀਆ ਟਿਕਾਣੇ ਪਰ ਜਾਤੇ ਹੈ ਕਹਾਂ ਪਰ ਇਹ ਬੂਤੀਆ ਟਿਕਾਣਾ ਆ 1 ਕਿਲੋਮੀਟਰ ਦੂਰ ਆ ਉਹ ਵੇ ਅੱਜ ਨੂੰ ਇਹ ਸ਼ਖਸ ਲੈ ਕੇ ਚੱਲਾ ਆ ਭੂਤੀਆ ਟਿਕਾਣੇ ਤੇ ਭੂਤ ਭਾਵੇਂ ਇਹਨੂੰ ਫੜ ਲੈਣ ਹਿੰਦੀ ਬੜੀ ਬੋਲਦਾ ਆ ਇਹ ਫਿਰ ਰਿਹਾ ਹੋਣਾ ਨਾ ਵਿਦੇਸ਼ੀ ਭੂਤਾਂ ਨੇ ਰਿਹਾ ਹੋਣਾ ਜੰਮੂ ਕਸ਼ਮੀਰ ਭੂਤ ਵਾਲੇ ਲੀੜੇ ਵੇਚਣ ਡਿਆ ਡੋਡੀ ਖਾ ਲਾ ਭੂਤ ਡੋਡੀ ਵੀ ਖਾਂਦਾ ਜੀ ਹਨੇਰਾ ਵੀ ਹੋ ਗਿਆ ਵਾ ਇਸ ਕਰਕੇ ਦੋ ਟਾਰਚਾਂ ਜਗਾਈਆਂ ਆਪਾਂ ਇੱਕ ਮੇਰੇ ਫੋਨ ਦੀ ਤੇ ਇੱਕ ਲੱਗਾ ਕਿਹਦਾ ਫੋਨ ਕਰਨ ਲੱਗ ਗਈ ਫੋਨ ਲੱਗ ਗਿਆ ਕਹਿਣ ਕਰਨ ਲੱਗ ਗਈ ਉਹ ਕੀ ਆਪ ਚਲੋ ਉਹ ਭੂਤ ਕਿੱਧਰ ਭੱਜ ਗਿਆ ਵਾ ਹੁਣ ਲੈ ਪਹੁੰਚ ਗਿਆ ਭੂਤ ਕਬਰਾਂ ਚ ਇੱਕ ਤੇ ਪਹੁੰਚ ਗਿਆ ਫੋਨ ਆ ਗਿਆ ਭੂਤ ਆਪਣੇ ਠਿਕਾਣੇ ਤੇ ਆਇਆ ਕਬਰਾਂ ਦੇ ਵਿੱਚ ਦੇਖਣਾ ਨਹੀਂ ਹਰੇ ਕੁਛ ਵੀ ਇਹਨੂੰ ਚਪੇੜ ਮਾਰਿਆ ਕੁਛ ਨਹੀਂ ਕਰਦਾ ਲੈਂਦਾ ਭੂਤ ਖੁੱਲ ਗਿਆ ਜੀ ਚਲੋ ਬਸ ਇੱਕ ਵਾਰੀ ਭਲਾ ਮੈਂ ਪਾ ਕੇ ਵੇਖਣਾ ਕਿਸ ਤਰ੍ਹਾਂ ਦਾ ਲੱਗਦਾ ਕੋਟ ਇਹ ਤੈਨੂੰ ਮਖਾ ਬੰਦ ਕਿਸ ਤਰ੍ਹਾਂ ਹੋਣਾ ਲੈ ਜਿੱਪ ਲੱਗੀ ਆ ਬਟਨ ਮਾਰ ਜਿੱਪ ਖਰਾਬ ਹੈ ਹੋ ਗਿਆ ਗਰੀਬਾਂ ਵਾਲਾ ਸ਼ੋਅ ਤੇ ਯਾਰ ਚਲੋ ਹਾਸੀਆਂ ਖੇਡੀਆਂ ਵਾਲੇ ਵਲੋਗ ਨੂੰ ਇੱਥੇ ਕਰਦੇ ਹਾਂ ਐਂਡ ਵਲੋਗ ਕਿੱਦਾਂ ਲਾਈਕ ਕਮੈਂਟ ਐਂਡ ਸ਼ੇਅਰ ਤੇ ਚੈਨਲ ਸਬਸਕ੍ਰਾਈਬ ਕਰ ਦਿਓ ਚਲੋ ਮਿਲ ਲਿਆ ਗਿਆ ਜਲਦੀ ਨੈਕਸਟ ਵਲੋਗ ਦੇ ਟਿਲ ਦੈਨ ਟੇਕ ਕੇਅਰ ਬਾਏ ਮੈਂ ਤੇ ਪਿੰਡ ਬੜੇ ਨਿਆਣੇ ਡਰਾਉਂਦਾ ਹੁੰਦਾ ਹਾਂ ਤੇ ਉਹ ਤੇ ਮੇਰੇ ਲੱਗ ਜਾਣਗੇ ਬਾਗ ਜਾਤੇ ਹੁੱਤੇ ਤੇ ਕਹਿੰਦੇ ਸੀ ਭੂਤ ਆ ਗਿਆ ਭੂਤ ਆ ਗਿਆ ਦੰਦ ਵੀ ਇੱਕ ਭੱਜ ਜਾਂਦੇ ਲੱਗਦਾ ਹੀ ਸੱਚੀ ਭੂਤੀਆਂ ਆ ਵੇਖ ਆ ਸਾਈਡ ਵਾਲਾ ਕੋਈ ਜ਼ਿਆਦਾ ਤਿੱਖਾ ਦੰਦ ਆ ਇਹ ਰੇਤੀ ਲਾਈ ਸੀ to the world.